ਹਾਂਜੀ ਹੁਣ ਅਸੀਂ ਜਮ੍ਹਾਂ ਹੀ ਨੇੜੇ ਖੜੇ ਹਾਂ ਬਾਰਡਰਾਂ ਦੇ ਅਤੇ ਸਾਡੇ ਵੱਲੋਂ ਤਾਂ ਜੋਸ਼ 'ਚ ਕੋਈ ਕਮੀ ਨਹੀਂ ਹੈਗੀ। ਆਹ ਦੇਖ ਲਓ ਜਮ੍ਹਾਂ ਹੀ ਨੇੜੇ ਆ, ਆਹ ਸਾਹਮਣੇ ਵਾਲੀ ਇਹਨਾਂ ਨੇ ਵੀ ਪੋਕ ਲੈਣਾ ਮਸ਼ੀਨਾਂ ਹੀ ਆ ਲਿਆਂਦੀ ਆ, ਇੱਕ ਉੱਧਰ ਪਰਲੇ ਪਾਸੇ ਵੀ ਖੜੀਆਂ ਨੇ ਦੇਖ ਲਓ ਤੁਸੀਂ, ਦੋਵੇਂ ਪੁਲ ਭਰੇ ਪਏ ਨੇ ਫੌਜ ਆਰਮੀ ਨਾਲ ਅਤੇ ਬਹੁਤ ਜ਼ਿਆਦਾ ਬਾਰੂਦ, ਬਹੁਤ ਜ਼ਿਆਦਾ ਆਸੂ ਗੈਸ, ਜਿਹੜੇ ਅਥਰੂ ਗੈਸ ਨੇ ਵੱਡੇ ਧਮਾਕੇ ਹੁੰਦੇ ਨੇ ਉਹ ਚੱਲਦੇ ਨੇ। ਇੱਧਰ ਦੇਖੋ ਅਸੀਂ ਡਟੇ ਹੋਏ ਹਾਂ ਪੂਰਾ, ਇਹ ਜਿਹੜੇ ਆਗੂ ਆ ਆਗੂ ਵੀ ਸਾਡੇ ਇੱਥੇ ਮਗਰੇ ਖੜ੍ਹੇ ਨੇ ਨਾਲੇ, ਅਤੇ ਹੁਣ ਰਣਨੀਤੀ ਬਣਾ ਰਹੇ ਨੇ ਅੱਗੇ ਵਧਣ ਦੀ। ਉਹ ਸਾਡੇ ਵੱਲੋਂ ਤਾਂ ਕੋਈ ਕਮੀ ਪੈਸੀ ਨਹੀਂ ਹੈਗੀ ਕਿਉਂਕਿ ਅਸੀਂ ਡਟ ਕੇ ਖੜ੍ਹੇ ਹਾਂ, ਸਾਹਮਣੇ ਖੜ੍ਹੇ ਹਾਂ, ਜਮ੍ਹਾਂ ਹੀ ਨੇੜੇ ਖੜ੍ਹੇ ਹਾਂ। ਅਸੀਂ ਰਣਨੀਤੀ ਵੀ ਇਹੋ ਜਿਹੀ ਸਿੱਖੀ ਫਿਰਦੇ ਹਾਂ, ਅਸੀਂ ਸਿੱਖ ਗਏ ਇਹਦੇ ਵਿੱਚ ਉੱਦਣ ਦੇ ਕਿ ਅਥਰੂ ਗੈਸ ਦਾ ਕਿਵੇਂ ਅਸੀਂ ਬਚਾਅ ਕਰਨਾ, ਕਿਉਂਕਿ ਇਹ ਜਿਹੜੇ ਅਥਰੂ ਗੈਸ ਨੇ ਜ਼ਿਆਦਾ ਉੱਪਰ ਨੂੰ ਦੇਖਣਾ ਪੈਂਦਾ, ਬੋਰੀਆਂ ਗਿੱਲੀਆਂ ਰੱਖਣੀਆਂ ਪੈਂਦੀਆਂ ਨੇ, ਜਦੋਂ ਡਿੱਗਦੇ ਆ ਫਿਰ ਇਹ ਢੱਕਣੇ ਪੈਂਦੇ ਆ। ਉਸ ਟਾਈਮ ਅਸੀਂ ਜਮ੍ਹਾਂ ਹੀ ਨਿਹੱਤੇ ਸੀ, ਸਾਡੇ ਕੋਲ ਕੋਈ ਨਾ ਮਾਸਕ ਸੀ ਨਾ ਅੱਖਾਂ 'ਤੇ ਐਨਕਾਂ ਲਾਉਣ ਨੂੰ ਸੀ। ਅੱਜ ਦੇ ਟਾਈਮ ਦੇਖ ਲਓ 21 ਫਰਵਰੀ, ਅੱਜ ਸਾਡੇ ਕੋਲ ਐਨਕਾਂ ਵੀ ਨੇ ਮਾਸਕ ਵੀ ਨੇ, ਸਾਰੀ ਸਹੂਲਤ ਹੈ ਇੱਥੇ। ਵੱਡੇ ਵੱਡੇ ਪੱਖੇ ਟਰੈਕਟਰ ਦੇ ਮਗਰ ਤੁਸੀਂ ਦੇਖੇ ਹੋਣੇ ਆ ਲੱਗਦੇ ਨੇ, ਉਹ ਵੀ ਆ ਗਏ, ਪੋਕਲਿਨ ਮਸ਼ੀਨਾਂ JCB ਆ ਸਾਰਾ ਕੁਛ ਆ ਗਿਆ ਹੁਣ। ਅਤੇ ਹੁਣ ਰਣ ਦੇਖਦੇ ਅੱਜ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਰਣਨੀਤੀ ਦਾ ਬਣਾਈ ਆ, ਅਤੇ ਆਹ ਸਾਹਮਣੇ ਖੜ੍ਹੇ ਨੇ ਤੁਸੀਂ ਦੇਖ ਲਓ। ਬਾਕੀ ਆਪਣੀ ਸੰਗਤ ਸਾਰੀ ਉਹ ਖੜ੍ਹੀ ਆ ਸਾਹਮਣੇ, ਜਾਪ ਚੱਲਦੇ ਨੇ ਵਾਹਿਗੁਰੂ ਦੇ। ਅਤੇ ਪਾਣੀ ਦੀਆਂ ਬੋਤਲਾਂ ਦੇਖ ਲਓ ਤੁਸੀਂ, ਜਮ੍ਹਾਂ ਹੀ ਹੱਥਾਂ ਦੇ ਵਿੱਚ ਡਾਂਗਾ ਆਪਣੇ ਬਚਾਅ ਲਈ ਰੱਖੀ ਹੋਈਆਂ ਨੇ, ਇਸ ਹੱਥੇ ਕੋਈ ਹਮਲਾ ਨਾ ਕਰੇ, ਪਾਣੀ ਤਾਂ ਰੱਖਿਆ ਹੋਇਆ ਤਾਂ ਜੋ ਸਾਡੇ ਇਹ ਜਦੋਂ ਅਥਰੂ ਗੈਸ ਲੜਦੀ ਆ ਸਰੀਰ ਨੂੰ, ਅੱਖਾਂ 'ਤੇ ਪਾਣੀ ਦੇ ਛਿੱਟੇ ਦੇਣੇ ਜਾਂ ਪੀਣਾ ਘੁੱਟ ਕ, ਕਿਉਂਕਿ ਸਾਹ ਲੈਣਾ ਬਹੁਤ ਔਖਾ ਹੋ ਜਾਂਦਾ ਇਸ ਅਥਰੂ ਗੈਸ ਦੇ ਵਿੱਚ। ਅਤੇ ਪ੍ਰੈਸ਼ਰ ਹੁਣ ਜਿੰਨੇ ਵੀ ਨੇ ਪਾਣੀ ਦੇ ਪ੍ਰੈਸ਼ਰ ਪੰਪ ਸਾਰਾ ਕੁਛ ਹੁਣ ਤਿਆਰ ਆ, ਬਹੁਤ ਜ਼ਿਆਦਾ ਮਤਲਬ ਤਿਆਰੀ ਕਰ ਲਈ ਅਸੀਂ ਵੀ, ਸਾਡੇ ਵੱਲੋਂ ਹਰੇਕ ਸਹੂਲਤ ਆ। ਅਤੇ ਹੁਣ ਗਾਹਾਂ ਵਧਣ ਦੀ ਜਿਹੜੀ ਰਣਨੀਤੀ ਆ ਉਹ ਵੀ ਬਣੀ ਪਈ ਆ, ਬਸ ਹੁਣ ਅੱਗੇ ਹੀ ਵਧਣਾ ਅਤੇ ਜਿੱਤ ਜ਼ਰੂਰ ਹੋਵੇਗੀ। ਸਾਡੇ ਗੁਰੂ ਪੀਰ ਸਿੰਘ ਸੀ ਸਾਡੇ ਨਾਲ ਨੇ, ਸਾਨੂੰ ਉਮੀਦ ਆ ਉਹ ਜ਼ਰੂਰ ਜਿਤਾਉਣਗੇ, ਉਹੀ ਅੱਗੇ ਲੈ ਕੇ ਜਾਂਦੇ ਆ ਕਿਉਂਕਿ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਸਾਡੇ, ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਝੂਲਦੇ ਨੇ ਅਤੇ ਉਹੀ ਅਗਵਾਈ ਕਰਦੇ ਹੁੰਦੇ ਨੇ ਸਾਡੀ ਹਮੇਸ਼ਾ। ਆਹ ਦੇਖ ਲਓ ਤੁਸੀਂ, ਦੇਖ ਲਿਆਉਣੇ ਸਾਹਮਣੇ ਪੁਲ ਦਾ, ਬਹੁਤ ਜ਼ਿਆਦਾ ਫੋਰਸ ਆ ਦੋਨੇ ਪਾਸੇ, ਬਹੁਤ ਜ਼ਿਆਦਾ ਫੋਰਸ, ਪਰ ਤੱਕ ਤਕਰੀਬਨ 3-4 ਹਜ਼ਾਰ ਪੁਲਿਸ ਫੌਜ ਲਾਈ ਹੋਈ ਆ ਇਸ ਪੁਲਾਂ ਤੇ, ਦੋਨੇ ਪੁਲਾਂ ਤੇ ਤੁਸੀਂ ਦੇਖੇ ਹੀ ਹੋਣਾ। ਬਹੁਤ ਜ਼ਿਆਦਾ ਸੰਗਤ, ਬਹੁਤ ਜ਼ਿਆਦਾ ਆਪਣੇ ਕਿਸਾਨ ਮਜ਼ਦੂਰ ਇੱਥੇ ਫਿਰਦੇ ਨੇ, ਅਤੇ ਇਹ ਤਾਂ ਬਸ ਉਹੀ ਅਣਖਾਂ ਦੀ ਲੜਾਈ ਆ, ਹੋਂਦ ਦੀ ਲੜਾਈ ਆ। ਇੱਥੇ ਤਾਂ ਤੁਹਾਨੂੰ ਪਤਾ ਬੇਜ਼ਮੀਨੇ ਵੀ ਬਹੁਤ ਜ਼ਿਆਦਾ ਖੜ੍ਹੇ ਨੇ, ਜਿਨ੍ਹਾਂ ਕੋਲ 1 ਇੰਚ ਵੀ ਜ਼ਮੀਨ ਨਹੀਂ ਹੈਗੀ, ਜਿਹੜੇ ਕਿਸਾਨ ਨਹੀਂ ਵਿਚਾਰੇ ਬਸ ਆਪਣੇ ਕਿਸਾਨਾਂ ਨਾਲ, ਆਪਣੇ ਪੰਜਾਬੀਆਂ ਨਾਲ, ਆਪਣੇ ਪੰਜਾਬ ਨਾਲ ਖੜ੍ਹਦੇ ਨੇ। ਲਓ ਦੇਖ ਲਓ ਸਾਹਮਣੇ ਖੜ੍ਹੀ ਆ ਪੋਕ ਲੈਣਾ ਮਸ਼ੀਨਾਂ ਆਈ ਆ ਇਹਨਾਂ ਵੱਲੋਂ ਹੀ, ਦੋਵੇਂ ਪੁਲ ਭਰੇ ਪਏ ਨੇ ਤੁਸੀਂ ਦੇਖ ਲਿਆਉਣੇ ਆ, ਦੋਵੇਂ ਪੁਲ ਭਰੇ ਪਏ ਨੇ ਅਤੇ ਅਸੀਂ ਡੱਟ ਕੇ ਖੜ੍ਹੇ ਹਾਂ, ਜਮ੍ਹਾਂ ਹੀ ਮੂਹਰੇ ਖੜ੍ਹੇ ਹਾਂ ਅਤੇ
ਸਾਡਾ ਉਹੀ ਲਗਾਵ ਆ, ਸਾਡਾ ਪੰਜਾਬ ਨਾਲ ਲਗਾਵ ਆ। ਅਸੀਂ ਅਣਖੀ ਕੌਮ ਆ, ਅਸੀਂ ਮੂਹਰੇ ਖੜ ਕੇ ਲੜਨਾ ਜਾਣਦੇ ਹਾਂ। ਜਿਹੜੇ ਆਪਣੇ ਬੜਾ ਕਹਿੰਦੇ ਸੀ ਅਸੀਂ ਪੰਜਾਬ ਲਈ ਲੜਦੇ ਹਾਂ, ਪੰਜਾਬ ਲਈ ਖੜੇ ਹਾਂ, ਉਹ ਸਾਹਮਣੇ ਤੁਹਾਨੂੰ ਦੇਖਦੇ ਹੀ ਨਹੀਂ ਹੋਣੇ ਅੱਜ ਕਿੱਥੇ ਨੇ ਉਹ, ਤੇ ਜਿਨ੍ਹਾਂ ਨੂੰ ਪਿਕਚਰਾਂ ਕੀਤੀਆਂ ਜਾਂਦੇ, ਜਿਹੜੇ ਆਮ ਘਰ ਆਉਂਦੇ ਨੇ, ਅੱਜ ਉਹ ਖੜੇ ਨੇ, ਸਾਡੇ ਸਿੰਘ ਖੜੇ ਨੇ, ਤੇ ਪਰਮਾਤਮਾ ਮਿਹਰ ਕਰੇ ਛੇਤੀ ਮੋਰਚਾ ਫਤਿਹ ਕਰਾਂਗੇ, ਅੱਗੇ ਵਧਾਂਗੇ। ਸੋ ਸਰਕਾਰ ਨੂੰ ਵੀ ਉਮੀਦ ਕਰਨੀ, ਅਸੀਂ ਅਪੀਲ ਕਰਦੇ ਕਿ ਭਾਈ ਜਿਹੜੀ MSP ਦੀ ਆ ਜਾਂ ਹੋਰ ਜਿਹੜੀਆਂ ਮੰਗਾਂ ਨੇ ਉਹਨੂੰ ਲਾਗੂ ਕੀਤਾ ਜਾਵੇ। ਕਿਸੇ ਦਾ ਸ਼ੌਂਕ ਨਹੀਂ ਹੁੰਦਾ ਸੜਕਾਂ ਘੇਰਨੀਆਂ ਜਾਂ ਸੜਕਾਂ 'ਤੇ ਬਹਿਣਾ। ਵੈਸੇ ਸੜਕ ਤਾਂ ਸਰਕਾਰ ਨੇ ਘੇਰੀ ਆ, ਸੜਕ ਸਰਕਾਰ ਨੇ ਬੰਦ ਕਰੀ ਹੋਈ ਆ, ਅਸੀਂ ਤਾਂ ਸ਼ਾਂਤਮਈ ਅੱਗੇ ਵਧਣਾ ਚਾਹੁੰਦੇ ਹਾਂ, ਸ਼ਾਂਤਮਈ ਧਰਨੇ ਦੇਣੇ ਚਾਹੁੰਦੇ ਹਾਂ। ਬਾਕੀ ਦੇਸ਼ ਦੇ ਹਾਲਾਤ ਕੀ ਬਣਦਾ, ਧੰਨਵਾਦ ਜੀ। ਹਾਂ ਉਹ ਤਾਂ ਦੇਖੀ ਜਾਣਾ ਬਾਈ।